बिस्मिल्लाहिर्रहमानिर्रहीम, अस्सलामु अलैकुम। वेखदे पे हो तुसी पाक पतन पंजाब टीवी। मैं थोड़ा मेज़बान मुहम्मद हसन रज़ा। जिवें कि दोस्त जानते ने, असी डेली कोशिश करने हैं भाइयों वास्ते अच्छे तो अच्छे जानवरों दी वीडियो लैके हाजिर होइदा है। अज जनाब फिर भाई वसीम की वीडियो है। नीली का इलाका है जनाब, दरिया का, ਨੀਲੀ ਦਾ ਦਰਿਆ ਵੀ ਕਿਹਾ ਜਾਂਦਾ ਅਤੇ ਦਰਿਆਏ ਸਤਲੁਜ ਵੀ ਕਿਹਾ ਜਾਂਦਾ। ਬਿਲਕੁਲ ਦਰਿਆ ਦੇ ਕਿਨਾਰੇ 'ਤੇ ਖੜ੍ਹੇ ਹੈ। ਮੱਝ ਦੋਸਤਾਂ ਨੂੰ ਵਿਖਾ ਰਹੇ ਹਾਂ, ਬਿਲਕੁਲ ਬਰੀਕ, ਜਿਹੜੀ ਮੱਝ ਦੋਸਤ ਆਖਦੇ ਆ ਵੀ ਬਰੀਕ ਚਾਹੀਦੀ ਹੈ। ਜਿਹੜੇ ਜਿਹੜੇ ਬਾਈਆਂ ਦਾ ਜਨਾਬ ਸ਼ੌਕ ਆਇਆ, ਜਿਹੜੇ ਦੋਸਤ ਨੀਲੀ ਲਵਰਸ ਨੇ, ਨੀਲੀ ਦੇ ਸ਼ੌਕੀਨ ਨੇ, ਉਹਨਾਂ ਬਾਈਆਂ ਵਾਸਤੇ ਜਨਾਬ ਮੱਝ ਲੈ ਕੇ ਹਾਜ਼ਰ ਹੋਏ ਹੈ। ਮਾਈ ਦੀ ਆਰਡਰ ਕੁਆਲਿਟੀ ਮਾਸ਼ਾਅੱਲਾ ਬੜੀ ਖੂਬਸੂਰਤ, ਮਾਈ ਨੂੰ ਥਣ ਚੰਗਾ ਲੱਗਿਆ ਹੈ। ਆਰਡਰ ਮਾਈ ਨੂੰ ਬੜਾ ਖੂਬਸੂਰਤ ਅਤੇ ਬੜਾ ਹੀ ਪਿਆਰਾ। ਦੋਸਤਾਂ ਨੇ ਵੇਖਣਾ ਹੈ ਵੀ ਪੱਟਾਂ ਤੋਂ ਚਾਰ ਚਾਰ ਇੰਚ ਮਾਸ਼ਾਅੱਲਾ ਬਾਹਰ ਕੱਢੀ ਫਿਰਦੀ ਹੈ ਕਰਮਾਂ ਵਾਲੀ। ਇਹ ਬਟਨ ਵੀ ਤੁਹਾਨੂੰ ਨਜ਼ਰ ਆਉਂਦੇ ਪਏ ਨੇ, ਨਿਸ਼ਾਨ ਜਿਹਾ ਛੋਟੇ ਛੋਟੇ ਸੂ ਮਾਈ ਦੀ, ਬਿਲਕੁਲ ਛੋਟੀ ਬਦਾਮ ਵਰਗੀ ਸੂ ਮਾਈ ਨੂੰ ਜਿਹੜੀਆਂ ਹੱਡੀਆਂ ਨੇ ਅੱਲਾ ਦੇ ਹੁਕਮ ਨਾਲ, ਐਵੇਂ ਦੀਆਂ ਹੱਡੀਆਂ ਤੁਹਾਨੂੰ ਨਹੀਂ ਨਜ਼ਰ ਆਉਣੀਆਂ। ਤੁਸੀਂ ਮਹੀਨਾ ਵੀ ਚੈਨਲ ਫਰੋਲਦੇ ਰਹੋ, ਵੇਖਦੇ ਰਹੋ। ਗਿੱਟ ਹੱਡੀ ਚੱਕੀ ਹੋਈ ਮਾਈ ਦੀ, ਬਿਲਕੁਲ ਸਿੰਗਾ ਲੱਡੀ, ਕੋਈ ਜਨਾਬ ਨਾਲ ਮਿਕਰਾਂ ਸ਼ਿਕਰਾਂ ਨਹੀਂ ਨੇ, ਤਰਾਜ ਨਹੀਂ, ਬਿਲਕੁਲ ਹੀ ਇਕੱਲੀ ਹੱਡੀ ਅਤੇ ਸਿੰਗਾ ਲੱਡੀ ਮਾਸ਼ਾਅੱਲਾ। ਅੱਲਾ ਦੇ ਹੁਕਮ ਦੇ ਨਾਲ ਇਸ ਤਰ੍ਹਾਂ ਗੜੀ ਹੋਈ ਹੈ ਜਿਸ ਤਰ੍ਹਾਂ ਕੋਈ ਬੱਚੇ ਕਲਮ ਨਹੀਂ ਗੜਦੇ ਤਖਤੀਆਂ ਲਿਖਣ ਵਾਸਤੇ। ਜਿਵੇਂ ਪੁਰਾਣੇ ਬਲੇ ਦੌਰ ਦੇ ਵਿੱਚ ਅੱਗੇ ਬੱਚੇ ਜਿਹੜਾ ਹੈ ਨਾ ਤਖਤੀਆਂ ਲਿਖਦੇ ਆ ਅਤੇ ਕਲਮਾਂ ਆਉਂਦੀਆਂ ਆਈਆਂ, ਉਸ ਤਰ੍ਹਾਂ ਜਨਾਬ ਕਲਮ ਗੜੀ ਹੋਈ ਮਾਈ ਨੂੰ ਡਾਕਾਂ ਕਿਤਨੀਆਂ ਚੜੀਆਂ ਔਰ ਬਿਲਕੁਲ ਬਰੀਕ ਅਤੇ ਖੂਬਸੂਰਤ ਲਿਖਦੀਆਂ ਪਈਆਂ ਨੇ। ਮਾਈ ਨੂੰ ਪੁੱਟਾ 2 ਫੁੱਟ ਚੜਾ, ਖੁੱਡਾ ਮਾਈ ਨੂੰ ਇੰਤਹਾਈ ਖੂਬਸੂਰਤ ਔਰ ਲਾਜਵਾਬ ਹੈ। ਖੁੱਡਾ 1.5 ਫੁੱਟ ਖੁੱਲ੍ਹਾ ਹੈ ਅਤੇ ਡੂੰਘਾ ਬਿਲਕੁਲ ਸਾਫ਼, ਕੋਈ ਜਨਾਬ ਗੋਸ਼ਤ ਜਾਂ ਮਾਸ ਨਹੀਂ ਹੈ ਵਿੱਚ। ਖੁੱਡੇ ਵਾਲੀਆਂ ਜਿਹੜੀਆਂ ਹੱਡੀਆਂ ਨੇ ਬਿਲਕੁਲ ਤੇਜ਼, ਇਹ ਚੈੱਕ ਕਰਨੀਆਂ ਨੇ ਬਰੀਕ ਹੱਡੀਆਂ ਨੁੱਕਰਾਂ ਵਾਲੀਆਂ ਮਾਸ਼ਾਅੱਲਾ। ਪੂਛ ਬਿਲਕੁਲ ਡੋਰ ਵਰਗੀ ਔਰ ਛਮਕਾਂ ਵਰਗੀ, ਮੱਝ ਜਿੱਥੇ ਮਰਜ਼ੀ ਖੁਲਵਾਵੋ ਅੱਲਾ ਦੇ ਹੁਕਮ ਦੇ ਨਾਲ ਮਾਈ ਨੂੰ ਆਰਡਰ ਪੂਰਾ। ਮੱਝ ਪੱਟਾਂ ਤੋਂ ਜੈਨਵੈਨ ਬਾਹਰ ਜੇ 4-4 ਇੰਚ, ਮੱਝ ਪੂਰੀ ਬਰੀਕ ਅਤੇ ਕੱਚ ਦੀ ਬਣੀ ਹੋਈ ਮੱਝ ਹੈ। ਵੱਕੀ ਮਾਈ ਨੂੰ ਛੋਟੀ ਕੰਢ ਬਰਾਬਰ ਦੁੰਨੀ ਕੌੜੀ ਵਿਗਣੀ ਹੈ, ਬਿਲਕੁਲ ਨਿਸ਼ਾਨ ਹੀ ਨਹੀਂ, ਕੱਦਾਂ ਨਿਸ਼ਾਨ ਨਹੀਂ, ਬਲੇਡ ਫਿਰੇ ਹੋਏ ਨੇ। ਮਾਈ ਦੇ ਪਿਛਲੇ ਪੈਰ ਧੋਤੇ ਨੇ, ਜਿਹੜੇ ਦੋਸਤ ਆਖਦੇ ਨੇ ਕਿ ਨਿਸ਼ਾਨੀ ਆਉਂਦੀ ਹੈ ਜੀ ਨੀਲੀ ਦੀ ਮੱਝਾਂ ਦੀ, ਵੀ ਪਿਛਲੇ ਪੈਰ ਧੋਤੇ ਹੋਣ। ਇਹਨਾਂ ਗੱਲਾਂ ਦਾ ਕੋਈ ਲਾ ਨਹੀਂ ਆਉਂਦਾ ਨੀਲੀ ਦੇ ਨਾਲ ਜਾਂ ਰਾਵੀ ਦੇ ਨਾਲ। ਮੱਝ ਦੇ ਪੈਰ ਧੋਤੇ ਹੋਏ ਵੀ ਹੋ ਸਕਦੇ ਨੇ, ਨਹੀਂ ਵੀ ਧੋਤੇ ਹੋਏ ਹੋ ਸਕਦੇ। ਇਹ ਕੰਮ ਨਹੀਂ ਹੈ ਵੀ ਧੋਤੇ ਹੋਏ ਨਾ ਆਉਣ ਤਾਂ ਜਨਾਬ ਉਹ ਨੀਲੀ ਨਹੀਂ ਹੈ। ਮੱਝ ਨੂੰ ਤਾਣ ਮਾਸ਼ਾਅੱਲਾ ਆਰਡਰ ਬੜਾ ਖੂਬਸੂਰਤ, ਸਿੰਗੀ ਬਿਲਕੁਲ ਛੋਟੀ ਔਰ ਬਰੀਕ, ਇੱਕ ਕੱਖ ਦੇ ਵਿੱਚ ਜਵਾਬ ਹੈ ਚਿਹਰਾ ਮਾਈ ਨੂੰ ਬੜਾ ਪਿਆਰਾ, ਬਿਲਕੁਲ ਛੋਟੀ ਜਿਹੀ ਬੂਤੀ ਅਤੇ ਬੜੀ ਖੂਬਸੂਰਤ ਕੂੰਜ ਵਰਗੀ ਜਨਾਬ ਮੱਝ ਲੰਮੀ ਔਰ ਗਿਰਦਨ ਵੇਖਣੀ ਹੈ ਦੋਸਤਾਂ ਨੇ, 2 ਫੁੱਟ ਲੰਮੀ ਗਿਰਦਨ, ਕੰਨ ਚੈੱਕ ਕਰਨੇ ਨੇ ਕਿਤਨੇ ਚੈੜੇ ਨੇ, ਔਰ ਜਨਾਬ ਕੰਨਾਂ ਦੇ ਵਿੱਚ ਪਛਮਾ। ਮਾਈ ਟੁਰਦੀ ਕਿਤਨੀ ਪਿਆਰੀ ਹੈ, ਮਾਈ ਨੂੰ ਲੱਤਾਂ ਮੋਟੀਆਂ ਨੇ ਅਤੇ ਤੀਰ ਸਿਧੀਆਂ, ਹਰ ਚੀਜ਼ ਦੀ ਤਸੱਲੀ ਕਰਨੀ ਹੈ ਦੋਸਤਾਂ ਨੇ, ਵੇਖਣ ਵਾਲੇ ਬਾਈਆਂ ਨੇ। ਪਿੱਛੇ ਮਾਈ ਦੇ ਕੱਟੀ ਹੈ,
ਪਹਿਲਾਂ ਤੇ ਹੁਕਮ ਨਾਲ ਐਵੇਂ ਦੀਆਂ ਹਾੜੀਆਂ ਘਰਾਂ ਨਾਲ ਨਹੀਂ ਲੱਗਦੀਆਂ, ਬਰੀਕ ਵਾ ਜਿਤਨੀ ਹੈ ਬਿਲਕੁਲ ਕੱਚ ਦੀਆਂ ਹਾੜੀਆਂ ਵਾ ਇਹਨੂੰ। ਤੇ ਨੀਲੀ ਦੀ ਜਿਹੜੀ ਮੱਝ ਹੁੰਦੀ ਹੈ, ਨੀਲੀ ਦੀ ਮੱਝ ਦੀਆਂ ਹੱਡੀਆਂ ਹੀ ਵਿਕਦੀਆਂ ਨੇ, ਮੱਝ ਦਾ ਗੋਸ਼ਤ ਨਹੀਂ ਵਿਕਦਾ ਜਾਂ ਦੁੱਧ ਨਹੀਂ ਵਿਕਦਾ, ਨਸਲ ਜ਼ਾਤ ਵਿਕਦੀ ਹੈ। ਤੇ ਨੀਲੀ ਦੀ ਮੱਝ ਦੀਆਂ ਹੱਡੀਆਂ ਵਿਕਦੀਆਂ ਨੇ, ਹੱਡੀਆਂ ਮੱਝ ਨੂੰ ਚੰਗੀਆਂ ਮੱਝ ਦੇ ਕੈਮਰਾਮੈਨ ਸਾਹਿਬ ਨਾ ਵਿਖਾਉਣੇ ਨੇ, ਬਿਲਕੁਲ ਗਸੇ ਹੋਏ ਔਰ ਦੋ ਦੋ ਇੰਚੀ ਦੇ ਨਾਂ ਨੇ, ਤਸੱਲੀ ਦੇ ਨਾਲ ਨਾਂ ਚੈੱਕ ਕਰਵਾਉਣੇ ਨੇ। ਛੇੜ ਵਾਲੀ ਮੱਝ ਹੈ, ਬਾਹਰ ਵਾਲੀ ਕਿੱਲੇ ਤੇ ਬੱਜਣ ਵਾਲੀ ਨਹੀਂ, ਆਖੜ ਪੈਂਦੀਆਂ ਤੇ ਬੱਜਣ ਵਾਲੀ ਨਹੀਂ ਜੇ, ਹਰ ਚੀਜ਼ ਦੀ ਤਸੱਲੀ ਕਰਨੀ ਹੈ ਦੋਸਤਾਂ ਨੇ। ਬਾਕੀ ਜਨਾਬ ਆਪਾਂ ਸਾਰੀ ਗੱਲ ਕਰ ਲੈਂਦੇ ਹਾਂ ਬਾਈ ਵਸੀਮ ਦੇ ਨਾਲ, ਸਾਂਝੀ ਸਾਰੀ ਡਿਟੇਲ ਤੁਹਾਨੂੰ ਲੈ ਕੇ ਦਿੰਦੇ ਹਾਂ ਬਾਈ ਵਸੀਮ ਦੀ ਜ਼ਬਾਨੀ। ਅਸਲਾਮੁ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਠੀਕ ਭਾਈ, ਸਿਹਤਾਂ ਤਬੀਅਤਾਂ ਠੀਕ ਹਨ? ਬਿਲਕੁਲ ਠੀਕ। ਪਿਛਲੇ ਦਿਹਾੜਿਆਂ ਦੇ ਵਿੱਚ ਵੀ ਮੱਝ ਲੱਗੀ ਆਈ ਬਾਈ ਹੋਰਾਂ ਦੀ, ਦੋਸਤਾਂ ਨੇ ਵੇਖੀ ਹੋਣੀ ਹੈ ਚੁਆਈ ਦੀ ਵੀਡੀਓ। ਉਹ ਜਨਾਬ ਸਾਡੇ ਪਿਆਰੇ ਬਾਈ ਨੇ ਮੁਹਤਰਮ ਜਨਾਬ ਰਾਣਾ ਅਯੂਬ ਸਾਹਿਬ ਖੁਰੜਿਆਂ ਵਾਲਾ ਜ਼ਿਲ੍ਹਾ ਫੈਸਲਾਬਾਦ, ਉਹ ਜਨਾਬ ਮੱਝ ਲੈ ਕੇ ਗਏ ਨੇ ਬਾਈ ਦੇ ਕੋਲ ਇੱਥੇ ਆ ਕੇ ਦੋ ਟਾਈਮ ਚੋ ਕੇ, ਅਤੇ ਮੱਝ ਫਿਰ ਬਾਈਆਂ ਵਾਸਤੇ ਚੰਗੀ ਲੈ ਕੇ ਆਏ ਨੇ। ਮੱਝ ਪੂਰੀ ਬਰੀਕ ਹੈ ਅਤੇ ਨਸਲ ਜ਼ਾਤ ਵਾਲੀ ਹੈ। ਦੱਸਣਾ ਹੈ ਵੀ ਮੱਝ ਕਿਨਵਾਂ ਵਾਰਸ ਹੋਈ? ਦੂਸਰਾ ਵਾਰਸ ਹੋਈ, ਜੈਨਮੈਨ ਦੂਸਰਾ ਗਰੰਟੀ ਵਾਲਾ। ਪਿੱਛੇ ਮੱਝ ਦੇ ਕੱਟੀ ਆ ਗਏ? ਕੱਟੀ। ਅੱਛਾ, ਕਿਤਨੇ ਦਿਹਾੜਿਆਂ ਦੀ ਸੋਈ ਹੈ? ਤਕਰੀਬਨ 20-25 ਦਿਨ ਹੋ ਗਏ। 20-25 ਦਿਨ? ਅੱਜ ਗੱਲ ਜੈਨਮੈਨ ਬੰਦਾ ਕਰਦਾ ਪਿਆ ਤੇ ਰੇਟ ਵੀ ਇਨਸ਼ਾਅੱਲਾ ਮੁਨਾਸਿਬ ਹੋਸਣ। ਅੱਛਾ, ਮੈਲੇ ਤੂੰ ਤੇ ਫਿਰ ਬਾਹਰ ਹੋਈ ਫਿਰਦੀ? ਹਾਂ, ਮਾੜਾ ਮਾੜਾ ਸੱਟੀ ਬੰਦਾ। ਲੇਕਿਨ ਕੋਈ ਬੰਦਾ ਇਹਨੂੰ ਤਰਲਾ ਮਾਰਦਾ ਹੈ ਕੋ ਵੰਡ ਛੰਡ ਕੋ ਖਾਲ ਖੁਰਾਕ ਪੱਠੇ ਚੰਗੇ ਪਾਵੇ ਤੇ ਕੀ ਉਮੀਦ ਕੀਤੀ ਜਾ ਸਕਦੀ? ਲੋਕਾਂ ਨਾ ਮੈਂ ਤੇ 14-15 ਕਿਲੋ ਦੁੱਧ ਕਰਦੇ। 14 ਤੇ ਕਰਨਾ ਚਾਹੀਦਾ ਸੋ ਵਧੇ ਨਾ ਵੀ। ਮੈਂ ਤਾਂ ਵੇਖ ਹਸਨ ਦਾ ਮਜਬੂਰੀ ਬਰੀਕ ਹੈ ਕੰਗਣ ਹੁੰਦੇ ਨੇ ਤੇ ਚਾਰੂ ਬੜੀ ਹੈ ਵੇਖਣਾ ਹੈ ਵੀ ਮੱਝ ਮੂੰਹ ਹੀ ਨਹੀਂ ਬਾੜੇ ਤੂੰ ਚੱਕਦੀ ਪਈ ਹੈ ਜਿਹੜੀ ਮੱਝ ਚਰਨ ਵਾਲੀ ਹੋਵੇ ਕਰਦੇ ਮੈਂ ਛੇੜੇ ਚੜਾਂਦੇ ਖੁਰਾਕ ਖਾਵਣ ਵਾਲੀ ਹੋਵੇ ਉਹ ਹੀ ਮੱਝ ਦੁੱਧ ਕਰਦੀ ਅੱਗੇ ਜਾ ਕੇ ਵਧਦੀ ਹੈ ਇਹ ਮੈਂ ਜਾ ਵਧਦੀ ਨਗਾ ਅੱਲਾ ਦੇ ਹੁਕਮ ਦੇ ਨਾਲ ਇਲਾਕਾ ਕਿਉਂਕਿ ਨੀਲੀ ਦਾ ਹੈ ਤੇ ਮੱਝ ਵੀ ਖਾਸ ਨੀਲੀ ਦੀ ਬਰੀਕ ਮੱਝ ਹੈ ਅੱਜ ਵੀ ਕੋਈ ਬੰਦਾ ਆ ਕੇ ਵੀ ਮੱਝ ਬਰੀਕ ਨਹੀਂ ਹੈ ਜਾਂ ਨੀਲੀ ਨਹੀਂ ਹੈ ਮੱਝ ਨੂੰ ਥਾਣਾ ਡਰ ਨਸਲ ਜ਼ਾਦ ਨੀਲੀ ਦੀ ਲੱਭਦੇ ਨਹੀਂ ਤੇ ਮੋੜ ਜਨਾਬ ਤੁਹਾਡੀ ਮਰਜ਼ੀ ਹੈ ਅੱਛਾ ਭਾਈ ਜਾਨ ਕਿੰਨਾ ਦੁੱਧ ਹੈ ਇਸ ਟਾਈਮ ਜਿਹੜਾ ਆਪਾਂ ਚੁਆ ਦੇਣਾ 12 ਲੀਟਰ ਮਾ ਕੋ ਦੁੱਧ ਠੱਡਾ ਠੱਡਾ ਬਿਲਕੁਲ ਜਿਹੜਾ ਚੁਆਣਾ ਹੈ ਚਾਰ ਚੁਆਈਆਂ ਕਰੇ ਰਾਤੀ ਮੈਂ ਆਪ ਲਦਾਈਏ ਹਾਂਜੀ ਦੋ ਚੁਆਈਆਂ ਕਰਾਈਆਂ ਬਿਲਕੁਲ ਦੋ ਕਰ ਕੇ ਗਏ ਨੇ ਹਾਂਜੀ ਉਹੀ ਲਿਖੜਾ ਬਿਲਕੁਲ ਦੋ ਟਾਈਮ ਚੋਂਦਾ ਰਹੀ ਹੈ ਬੰਦਾ ਹੁਣ ਆਪਾਂ 12 ਮਿਣਾਣਾ ਇਨਸ਼ਾਅੱਲਾ ਦਾਤ ਨਹੀਂ ਹੁੰਦਾ ਗਰੰਟੀ ਆ ਕੋਈ ਬੰਦਾ ਆਵੇ ਚੋ ਕੇ ਤਸੱਲੀ ਦੇ ਨਾਲ ਲੈ ਜਾਵੇ ਪੰਜ ਟਾਈਮ ਚੋਵੇ ਰਵੇ ਰਿਆਸ਼ ਬੱਚੇ ਨੂੰ ਛੱਡ ਕੇ ਜਾਂ ਸਾਰੀ ਮਾਜ ਕੋ ਬੱਚੇ ਨੂੰ ਛੱਡ ਤੇ ਬੱਚੇ ਨੂੰ ਛੱਡ ਬੱਚੇ ਨੂੰ ਕਿਲੋ ਛੱਡਣਾ ਆਪਾਂ ਯਾਦ ਦਾ ਛੱਡਣਾ ਅੰਤਾਦੇ ਨਾਲ ਸੀ ਛੱਡਣਾ ਮੈਂ ਬੱਚੇ ਨੂੰ ਕੋਈ ਕਿਲੋ ਤਾਂ ਪਿੰਦਾ ਹੀ ਉਸ ਇਹ ਤਾਂ ਦੋਸੀ ਤੇ ਮੋਟ ਚਵਾ ਐਡਾ ਪੂਰਾ ਵਾ ਬੱਚਾ ਮਾਨ ਚੋਈ ਰੱਖੇ ਚੰਗਾ ਸੋਹਣਾ ਚਵਾ ਸੋਹਣਾ ਚਵਾ ਕੋਈ ਛੱਟਾ ਫੋਰਾ ਕੋਈ ਥਾਣ ਵਾਦ ਗਾੜ ਗਾੜ ਮਰੋੜੀ ਵਾਲਾ ਐਂਦਾ ਹੀ ਨਹੀਂ ਫਰੋ ਕਾਮਣਾ ਸਹੀ ਹੋ ਗਈ ਜਿਹੜੀ ਗੱਲ ਆਪਣੀ ਉਸੇ ਠੀਕ ਹੈ ਪਿੱਛੇ ਕੱਟੀ ਵਾਰਾ ਦੂਸਰਾ ਕੱਟੀ ਮਾਂ ਦੇ ਬੱਚਿਆਂ ਦਿਨਾਂ ਦੀ ਮੱਝ ਸੋਈ ਹੈ ਠੀਕ ਹੈ ਦੋ ਦੋ ਗਿਆ 12 ਲੀਟਰ ਠੰਡਾ ਕੋ ਬੰਦਾ ਖੁਰਾਕ ਕੋ ਤਰਲਾ ਇਹਨੂੰ ਮਾਰਦਾ ਹੈ ਇਨਸ਼ਾਅੱਲਾ ਕੋ ਦੋ ਸਿਰ ਵਧਾ ਜਾਸੀ ਕਿਉਂਕਿ ਇੱਥੇ ਪਟਿਆਂ ਤੇ ਦੁੱਧ 12 ਕਰਦੀ ਪਈ ਤੇ ਵੰਡ ਛੰਡ ਤੇ ਇਹਨੂੰ ਕੋ 13-14 ਕਰਨਾ ਚਾਹੀਦਾ ਤੇ ਇਹਨਾਂ ਇਹ ਕਰ ਜਾਸੀ ਹੁਣ ਕੀ ਰੇਟ ਜਿਹੜਾ ਆਪਾਂ ਲੈ ਲਵਣਾ ਫੈਨਾ ਜਾਇਜ਼ ਜੀਆ ਕਰਨਾ ਇਹਦਾ ਪਿਆਰ ਵਾਲਾ ਤੇ ਮੁਨਾਸਿਬ ਜੀਆ ਐਵੇਂ ਨਾ ਕੋਈ ਆਪਾਂ ਕੋ ਥੋੜੀ ਜੇ ਜਾਇਜ਼ ਕਰਨਾ ਆਪਾਂ ਅੱਗੇ ਨਿਗਾਹ ਕਿਤੇ ਕੋਈ ਸੇਰ ਦੋ ਸੇਰ ਆਟੇ ਦੇ ਰੱਖ ਲਵੀਏ ਮਾਣ ਆਪਾਂ ਨਾ ਰੱਖੀਏ ਤੇ ਪਿਆਰ ਵਾਲਾ ਰੇਟ ਕਰ ਜਾਇਜ਼ ਜੀਆ 4.5 ਲੱਖ ਰੁਪਏ ਸਾਡੇ 4 ਲੱਖ 4 ਲੱਖ ਇਹ ਫੈਨਾ ਲੈ ਜਾ ਇਹਦੇ ਫੈਨਾ ਲੈ ਨਹੀਂ ਮੋੜ ਵੀ ਕੋਈ ਇਹਦੇ ਵਿੱਚ ਮਾਂ ਅਗਰ ਤੇ ਵੇਖ ਲਿਆ ਮਾਜ ਚੰਗੀ ਹੈ ਮੈਂ ਨਾ ਮਾਜ ਚੰਗੀ ਲੱਗਣ ਮੈਂ ਪਿਆਰ ਵਾਲਾ ਰੇਟ ਕਰ ਕੋ ਜੈਸ ਜੀ ਆ ਕੋ ਥੋੜਾ ਜਿਹਾ ਮਜ਼ੀਦ ਇਹਦੇ ਵਿੱਚ ਚਾਤਾਂ ਕਰ
40 ਦੀ ਫਾਈਨਲ ਹੋ ਸਹੀ ਮੈਂ ਇਹਨੇ 100 ਰੁਪਏ ਨਹੀਂ ਛੁੱਟਣਾ ਨਹੀਂ ਨਾ ਕਰ ਨਹੀਂ ਬਿਲਕੁਲ ਲੀਕਾ ਨਾ ਚੈੱਕ ਨਹੀਂ ਇਹ ਲੀਕਾ ਅੱਛਾ 4 ਲੱਖ ਦੇ 40,000 ਮਾਜ ਦਾ ਰੇਟ ਪਹਿਲੇ ਵੀ ਜਾਇਜ਼ ਕਰਵਾਇਆ ਲੇਕਿਨ ਫਿਰ ਵੀ ਜਨਾਬ 10,000 ਦਾ ਪਿਆਰ ਹੈ 4,40,000 ਮੈਂ ਵੇਖਣ ਮੰਗਦੀ ਹੈ 4 ਲੱਖ ਦੇ 40,000 ਮਾਜ ਵਾਰਾ ਦੂਸਰਾ ਮਾਜ ਤੁਹਾਨੂੰ ਡਿਰਦੀ ਫਿਰਦੀ ਵਿਖਾਈ ਹੈ ਬਣ ਕੇ ਵਿਖਾ ਦਿੱਤੀ ਹਰ ਤਰ੍ਹਾਂ ਨਾਲ ਕਰਵਾਈਆਂ ਨੇ ਤਸਲੀਆਂ ਕਿਉਂਕਿ ਕੰਮ ਹੈ ਸਾਡਾ ਵੀ ਤੁਹਾਨੂੰ ਤਸਲੀਆਂ ਕਰਵਾਉਣੀਆਂ ਜਾਨਵਰ ਅੱਛੇ ਤਰੀਕੇ ਨਾਲ ਵਿਖਾਉਣਾ ਨੰਬਰ ਸਕਰੀਨ 'ਤੇ ਚੱਲਦਾ ਹੈ 0308-910-2811 ਇਹਦੇ 'ਤੇ ਕਾਲ ਵਟਸਐਪ ਅਤੇ ਈਮੋ ਸਾਰੀਆਂ ਸਹੂਲਤਾਂ ਮੌਜੂਦ ਹਨ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਕਰਨਾ ਲਾਈਕ ਅਤੇ ਨਾਲ ਵੀਡੀਓ ਨੂੰ ਸ਼ੇਅਰ ਵੀ ਕਰਨਾ ਹੈ ਸੱਜਣਾ ਬੇਲੀਆਂ ਦੇ ਨਾਲ ਕਮੈਂਟਾਂ 'ਚ ਆਪਣੀ ਰਾਏ ਦੇ ਨਾਲ ਸਾਨੂੰ ਜ਼ਰੂਰ ਅਗਾਹ ਕਰਨਾ ਹੈ ਨਵੀਂ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ ਹਾਜ਼ਰ ਹੋਵਾਂਗਾ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ।